ਪੰਨੂ ਤੋਂ ਇਹਦੀ ਲੋੜ ਬਹੁਤ ਸੀ ਇਹਦੇ 'ਚ ਮੈਂ ਇਹ ਐਡ ਕਰਨਾ ਚਾਹਾਂਗਾ ਜੀ ਕਿ ਇਹ ਜਾਣਨਾ ਚਾਹਾਂ ਕਿ ਮੈਂ ਉਸੀ ਚੀਜ਼ 'ਤੇ ਜੋ ਪਹਿਲਾ ਸਵਾਲ ਸੀ ਮੇਰਾ ਵੀ ਇਹਨੂੰ ਇਹਦੀ ਯੂਟੀਲਿਟੀ ਜਿਹੜੀ ਆਪਾਂ ਕਹਿ ਦੇ ਇੱਕ ਯੂਟੀਲੀਟੇਰੀਅਨ ਵਰਲਡ ਲਈ ਹੈ ਇੱਕ ਲਾਈਫ ਦਾ ਵੇ ਆਫ ਲਿਵਿੰਗ ਜਿਹੜਾ ਹੈਗਾ ਉਹਦੇ ਉੱਤੇ ਇਹ ਚੀਜ਼ ਇਹ ਗ੍ਰੰਥ ਹੈਗਾ ਲੇਕਿਨ ਇਹ ਜਾਣਨਾ ਚਾਹਾਂਗੇ ਵੀ ਇਹਦੀ ਜਿਹੜਾ ਓਬਜੈਕਸ਼ਨ ਕੀਤਾ ਜਾਂਦਾ ਵੀ ਜੇ ਇਹਨੂੰ ਘਰੇ ਬੈਠ ਕੇ ਨੋਰਮਲ ਨਹੀਂ ਲਿਆ ਜਾ ਸਕਦਾ ਇਹਦੇ 'ਚ ਜਿਹੜੀਆਂ ਰੈਫਰੈਂਸਿਸ ਨੇ ਉਹ ਕਾਫੀ ਜ਼ਿਆਦਾ ਲਚਰ ਨੇ ਕਿਤੇ ਨਾ ਕਿਤੇ ਮਾੜੇ ਬੰਦੇ ਨੂੰ ਨਾ ਹੈਂਡੀਕੈਪ ਮੰਨਦੇ ਉਹਨੂੰ ਹਾਂ ਮਾੜੇ ਬੰਦੇ ਨੂੰ ਨਾ ਸਵਾ ਬੁਰਾਈ ਤੋਂ ਹੋਰ ਕੁਛ ਨਜ਼ਰ ਨਹੀਂ ਆਉਂਦਾ ਤੋ ਖੁਮਾਰ ਸਾਹਿਬ ਦਾ ਸ਼ੇਰ ਹੈ ਤੂੰ ਯੂੰ ਹੀ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਣਾ ਚੋਰ ਤੇਰਾ ਤੇਰੇ ਹੀ ਅੰਦਰ ਸੇ ਪਕੜਾ ਜਾਏਗਾ ਜਿਹੜਾ ਜ਼ਿਕਰ ਹੋ ਰਿਹਾ ਸੀ ਨਾ 52 ਕਵੀਆਂ ਦਾ ਜੀ 52 ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਜੀ ਉਹ ਵੱਡੇ ਕਰਮਾਂ ਵਾਲੇ ਮਹਾਂਪੁਰਖ ਹੋਏ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਦਸਮ ਗ੍ਰੰਥ ਭਾਈ ਗੁਰਦਾਸ ਜੀ ਤੋਂ ਇਲਾਵਾ ਗਾਇਆ ਜਾਂਦਾ ਕੀਰਤਨ ਰਾਹੀਂ ਦਰਬਾਰ ਸਾਹਿਬ 'ਚ ਅਤੇ 52 ਕਵੀਆਂ 'ਚੋਂ ਵੀ ਸਨ ਸੈਨਾਪਤ ਵੀ ਸਨ ਸੈਨਾਪਤ ਦੇ ਗ੍ਰੰਥ ਵੱਖਰੇ ਨੇ ਭਾਈ ਨੰਦ ਲਾਲ ਜੀ ਦੀ ਗ੍ਰੰਥਾਵਲੀ ਵੱਖਰੀ ਹੈ ਐਡੇ ਵੱਡੇ ਸ਼੍ਰੋਮਣੀ ਕਵੀਆਂ ਦੀਆਂ ਰਚਨਾਵਾਂ ਦਸਮ ਗ੍ਰੰਥ ਦੇ ਵਿੱਚ ਕਿਉਂ ਨਹੀਂ ਰੱਖੀਆਂ ਗਈਆਂ ਜੀ ਇੱਕ ਗੱਲ ਦੂਜੀ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ 'ਤੇ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹਾਂਗਾ ਉਹ ਇਹ ਕਿ ਆਲੋਚਨਾ ਕਰੋ ਜੀ ਸਦਕੇ ਲੇਕਿਨ ਧਰਮ ਗ੍ਰੰਥ ਨੂੰ ਐਡਰੈਸ ਕਰ ਰਹੇ ਹੋ ਤੁਸੀਂ ਧਰਮ ਗ੍ਰੰਥ ਬਾਬਤ ਗੱਲ ਕਰ ਰਹੇ ਹੋ ਉਹਦੇ ਤੋਂ ਜ਼ਿੰਮੇਵਾਰੀ ਦਾ ਹਿਸਾਬ ਰੱਖਣਾ ਬਣਦਾ ਅਸੀਂ ਬਤੌਰ ਸਿੱਖ ਗੁਰੂ ਸਾਹਿਬਾਨ ਦੇ ਵਸਤਰਾਂ ਕਿ ਉਹਨਾਂ ਦੇ ਜੋੜਿਆਂ ਦਾ ਵੀ ਸਤਿਕਾਰ ਕਰਦੇ ਹਾਂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੇ ਥਾਨ ਸੁਹਾਵਾ ਰਾਮ ਰਾਜੇ ਸਾਰੇ ਇੰਨੀ ਗੱਲ ਤਾਂ ਮੰਨਦੇ ਨੇ ਕਿ ਜਾਪ ਸਾਹਿਬ ਸਵਈਏ ਚੌਪਈ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਅਤੇ ਅੰਮ੍ਰਿਤ ਦੀਆਂ ਬਾਣੀਆਂ ਨੇ ਵੀ ਉਹ ਹੈਗੀਆਂ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਮੈਂ ਤਾਂ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਕਿਤੇ ਹਸਤਾਖਰ ਕਰ ਦਿੱਤੇ ਕਿਸੇ ਗ੍ਰੰਥ 'ਤੇ ਉਹਦੇ ਬਾਰੇ ਜ਼ਿੰਮੇਵਾਰੀ ਨਾਲ ਗੱਲ ਕਰਨੀ ਪਏਗੀ ਮੈਂ ਕਹਿੰਦਾ ਕਿਸੇ ਪੁਸਤਕ ਨੂੰ ਕਿਸੇ ਥਾਂ ਨੂੰ ਛੋਹ ਦਿੱਤਾ ਉਹਨਾਂ ਨੇ ਉਹਦੇ ਬਾਬਤ ਆਲੋਚਕ ਨੂੰ ਵੀ ਗੱਲ ਜ਼ਿੰਮੇਵਾਰੀ ਨਾਲ ਕਰਨੀ ਪਏਗੀ ਤੋ ਜਿਸ ਤਰੀਕੇ ਨਾਲ ਇਹਨਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਗੁਰੂ ਮਹਾਰਾਜ ਦੀਆਂ ਰਚਨਾਵਾਂ ਪ੍ਰਤੀ ਉਹਨਾਂ ਰਚਨਾਵਾਂ ਪ੍ਰਤੀ ਜਿਹਨਾਂ ਦਾ ਕੀਰਤਨ ਹੁੰਦਾ ਹੈ ਇਹ ਬਹੁਤ ਖਤਰਨਾਕ ਰੁਝਾਨ ਹੈ ਨਵਾਂ ਸਰ ਜੀ ਬੇਸਿਕਲੀ ਇਹਦੇ ਵਿੱਚ ਕੌਨਸਪੀਰੇਸੀ ਦੀ ਗੱਲ ਕੀਤੀ ਜਾਂਦੀ ਹੈ ਕੌਨਸਪੀਰੇਸੀ ਦੀ ਗੱਲ ਉਹ ਤੁਸੀਂ ਉਹਨਾਂ ਦੀ ਮੋਟਿਵ ਦੇ ਉੱਤੇ ਕੁਝ ਕਹਿਣਾ ਚਾਹੋਗੇ ਕਿਉਂਕਿ ਤੁਹਾਡਾ ਤਾਂ ਮੋਟਿਵ ਉਹ ਕਹਿੰਦੇ ਨੇ ਵੀ ਜੀ ਆਰਐਸਐਸ ਦੇ ਬੰਦੇ ਹੈਗੇ ਨੇ ਜੋ ਕਿ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ ਨੇ ਤੁਹਾਡੇ ਵਰਗੇ ਬੰਦੇ ਬੜਾ ਅੱਛਾ ਤੁਸੀਂ ਇਸ ਚੀਜ਼ ਨੂੰ ਕਰ ਦਿੱਤਾ ਕਿ ਇਹ ਮੋਟਿਵ ਇਹਦਾ ਕੀ ਹੈਗਾ ਮੋਟਿਵ ਉਹਨਾਂ ਦਾ ਕਹਿਣਾ ਹੈ ਕਿ ਆਰਐਸਐਸ ਦਾ ਗ੍ਰੰਥ ਹੈ ਆਰਐਸਐਸ ਅੱਛੀ ਗੱਲ ਹੈ ਉਹਨਾਂ ਦਾ ਫਲਸਫਾ ਹੈ ਉਹ ਹਿੰਦੂ ਫਲਸਫੇ ਨੂੰ ਵਧਾਉਣਾ ਚਾਹੁੰਦੇ ਹੈ ਉਸ ਜਿਹੜਾ ਉਹਨਾਂ ਦਾ ਪੱਕਾ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ ਪੂਰੇ ਦਸਮ ਗ੍ਰੰਥ ਦੇ ਵਿੱਚ ਸਾਰੀ ਖਾਲਸੇ ਦੇ ਨਿਆਰੇਪਣ ਦੀ ਵਾਰ ਵਾਰ ਗੱਲ ਕੀਤੀ ਗਈ ਹੈ ਔਰ ਉਹ ਕਿਸ ਢੰਗ ਦੇ ਨਾਲ ਉਹ ਗੱਲ ਕਰਦੇ ਹਨ ਮੈਂ ਇੱਕ ਸਿਰਫ ਲਾਈਨ ਇਹਦੇ 'ਚੋਂ ਪੜ੍ਹਦੇ ਹਾਂ ਦਸਮ ਗ੍ਰੰਥ ਦੇ ਵਿੱਚੋਂ ਕੀ ਆਰਐਸਐਸ ਇਹ ਲਿਖੇਗਾ ਕੀ ਆਰਐਸਐਸ ਜੇ ਕਹਿੰਦੇ ਜੀ ਪੰਡਤਾਂ ਦਾ ਬ੍ਰਾਹਮਣਾਂ ਦਾ ਗ੍ਰੰਥ ਹੈ ਅਤੇ ਕੀ ਉਹਦੇ ਲਿਖੇਗਾ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾਏ ਕੀ ਉਹ ਲਿਖੇਗਾ ਫਿਰ ਕੀ ਉਹ ਲਿਖੇਗਾ ਅਗਰ ਜੇ ਕੋਈ ਬ੍ਰਾਹਮਣ ਹੈ ਉਹ ਲਿਖ ਦੇਗਾ ਕਹੋ ਮਿਸਰ ਆਗੇ ਕਹਾਂ ਜਵਾਬ ਦੇ ਹੋ ਜਬੇ ਕਾਲ ਕੇ ਜਾਲ ਮੈਂ ਫਸ ਜੈ ਹੋ ਕਹੋ ਕੌਣ ਸੋ ਪਾਠ ਕਹਿੋ ਤਾਂ ਹਾਂ ਹੀ ਤਉ ਲਿੰਗ ਪੂਜਾ ਕਰੋਗੇ ਉਹਾਂ ਹੀ ਤਹਾਂ ਰੁਦਰ ਐ ਹੈ ਕਿ ਸ਼੍ਰੀ ਕ੍ਰਿਸ਼ਨ ਐ ਹੈ ਜਹਾਂ ਬਾਂਧ ਸ੍ਰੀ ਕਾਲ ਤੋਕੋ ਚਲੈ ਹੈ ਕਿਦੋ ਆਨ ਕੇ ਰਾਮ ਹੋਇਆ ਹੈ ਸਹਾਈ ਔਰ ਇਹਦੇ ਬਾਅਦ ਇਹ ਲਿਖਿਆ ਜਿਹੜਾ ਸਪਸ਼ਟ ਕੀਤਾ ਦਿਜ ਹਮ ਮਹਾਕਾਲ ਕੋ ਮਾਨੇ ਮਹਾਕਾਲ ਨੂੰ ਮੰਨਦਾ ਮਹਾਕਾਲ ਰਖਵਾਰ ਹਮਾਰੋ ਮੈਂ ਮਹਾਕਾਲ ਨੂੰ ਮੰਨਦਾ ਪਾਹਨ ਮੈਂ ਮਨ ਕੋ ਨਹੀਂ ਆਨੇ ਮੈਂ ਪੱਥਰ 'ਚ ਨਹੀਂ ਲੈ ਕੇ ਆਉਂਦਾ ਪਾਹਨ ਕੋ ਪਾਹਨ ਕਰ ਜਾਣਤ ਤਾਂ ਤੇ ਬੁਰੋ ਲੋਗੇ ਮਾਨਤ ਮੈਂ ਚੋਕੇ ਪੱਥਰ ਨੂੰ ਪੱਥਰ ਕਹਿੰਦਾ ਇਸ ਕਰਕੇ ਬੁਰਾ ਮੰਨਦੇ ਹੈ ਹੁਣ ਅਸਲ 'ਚ ਇਹਦੀ ਕੰਸਪਰੇਸੀ ਨਾਲ ਮੈਂ ਸਹਿਮਤ ਹਾਂ ਜਿਹੜੀ ਉਹ ਗੱਲ ਕਰਦੇ ਹੈ ਉਹ ਇਹ ਹੈਗਾ ਕਿ ਸਵਾਮੀ ਦਯਾਨੰਦ ਨੇ ਤਕਰੀਬਨ 125 ਸਾਲ ਪਹਿਲੇ ਕਿਹਾ ਸੀ ਆਪਣੀ ਕਿਤਾਬ ਸਤਿਆਸ ਪ੍ਰਕਾਸ਼ ਵਿੱਚ ਲਿਖਿਆ ਸੀ ਬੜੀ ਸਪਸ਼ਟ ਤੌਰ ਦੇ ਉੱਤੇ ਕਿ ਇਹ ਜਿਹੜਾ ਦੇਵੀ ਦੀ ਆਰਾਧਨਾ ਕੀਤੀ ਇਸ ਦਾ ਜਵਾਬ ਸਮੁੱਚੇ ਖਾਲਸਾ ਪੰਥ ਨੇ ਦੇ ਦਿੱਤਾ ਭਾਈ ਵੀਰ ਸਿੰਘ ਭਾਈ ਜੋਧ ਸਿੰਘ ਡਾਕਟਰ ਬਲਬੀਰ ਸਿੰਘ ਸਾਰਿਆਂ ਨੇ ਦੇ ਦਿੱਤਾ ਇਹ ਮਸਲਾ ਹੱਲ ਹੋ ਗਿਆ ਪਰ ਹੁਣ ਦੁਬਾਰਾ ਉਸ ਰਿਜੈਕਟਡ ਫਿਲਾਸਫੀ ਨੂੰ ਇਹ ਬੰਦੇ ਜਿਹੜੇ ਸਿੱਖ ਰੂਪ ਵਿੱਚ ਆ ਕੇ ਫਿਰ ਕਹਿ ਰਹੇ ਹੈ ਭਗਵਤੀ ਦਾ ਅਰਥ ਦੇਵੀ ਹੈ ਜਿੱਥੇ ਭਗਵਤੀ ਗੁਰੂ ਸਾਹਿਬ ਕਹਿ ਰਹੇ ਮੈਂ ਉਸ ਭਗਵਤੀ ਨੂੰ ਮੰਨਦਾ ਜਿਹੜੀ ਲੋਹੇ 'ਚੋਂ ਕੱਢ ਕੇ ਬਣਾਈ ਗਈ ਹੈ ਭਗਵਤੀ ਮੇਰੀ ਲੋਹੇ 'ਚੋਂ ਬਣੀ ਹੈ ਨਮੋ ਸ੍ਰੀ ਭਗਵਤੀ ਬਡੈਲੀ ਸਰੋਈ ਨੌ ਭਗਵਤੀ ਲੋਹ ਕੜਾਇਆ ਮੈਂ ਉਸ ਨੂੰ ਮੰਨਦਾ ਜਿਹੜੀ ਇੱਕ ਦੇ ਵਿੱਚ ਆ ਕੇ ਦੋ ਕਰ ਦਿੰਦੀ ਨਹੀਂ ਭਗਵਤੀ ਦੁਰਗ ਸਾਹਿਬ ਔਰ ਜਾਗਣ ਭਾਰੀ ਚੰਡੀ ਦੀ ਵਾਰ ਦੇ ਵਿੱਚ ਭਗਵਤੀ ਨੇ ਤੇ ਨਹੀਂ ਨਾ ਭਗਵਤੀ ਫੜੀ ਫਿਰ ਮਤਲਬ ਸੋ ਦੁਰਗਾ ਤੇ ਦੁਰਗਾ ਚੁੱਕ ਕੇ ਨਹੀਂ ਮਾਰੀ ਸੋ ਇਸ ਕਰਕੇ ਚਾਹੇ ਚੰਡੀ ਦੀ ਵਾਰ ਰਚੀ ਚਾਹੇ ਚੰਡੀ ਦੀ ਵਾਰ ਰਚੀ ਜਾ ਰਹੀ ਹੈ ਚਾਹੇ ਅਵਤਾਰ ਕਥਾਵਾਂ ਰਚੀਆਂ ਜਾ ਰਹੀਆਂ ਨੇ ਹਰੇਕ ਬਾਣੀ ਦਾ ਆਰੰਭ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਲ ਹੁੰਦਾ ਪਹਿਲਾਂ ਤਾਂ ਫਰਕ ਇਹ ਹੈ ਵੈਦਿਕ ਥਾਵਾਂ ਨਾਲ ਲੇਕਿਨ ਗੱਲ ਉਹ ਨਹੀਂ ਹੈ ਵੀ ਆਪਾਂ ਸਿਮਿਲੈਰਿਟੀਜ਼ ਕੀ ਨੇ ਗੱਲ ਇਹ ਉਹਦੇ ਵਿੱਚ ਓਬਜੈਕਸ਼ਨੇਬਲ ਚੀਜ਼ਾਂ ਕੀ ਨੇ ਜੋ ਕਿ
ਸ਼ਾਇਦ ਉਹ ਸਮਝ ਨਹੀਂ ਪਾ ਰਿਹਾ ਜਿਵੇਂ ਤੁਸੀਂ ਕਹਿ ਰਹੇ ਵੀ ਕੰਟੈਕਸਟ ਹੈਗਾ। ਇਹ ਵੀ ਹੈ ਨਾ ਜੋ ਮੈਂ ਦੱਸ ਰਿਹਾ ਕਿ ਇਹ ਸਿੱਖਾਂ ਨੂੰ ਹਿੰਦੂ ਬਣਾ ਰਿਹਾ ਇਹ ਗ੍ਰੰਥ, ਇੱਕ ਤਰ੍ਹਾਂ ਦੇ ਵੀ ਲੱਗਦਾ ਨਾ ਬਿਲਕੁਲ, ਲੇਕਿਨ ਜਦੋਂ ਪਾਠ ਕਰਾਂਗੇ ਨਾ ਗੰਭੀਰਤਾ ਨਾਲ ਆਪਾਂ ਦੇਖਾਂਗੇ ਕਿ ਇਹਦੇ ਅਵਤਾਰ ਨੇ ਜਿਹੜੇ ਉਹ ਪੁਰਾਣ ਕਥਾਵਾਂ ਦੇ ਅਵਤਾਰਾਂ ਨਾਲੋਂ ਬਿਲਕੁਲ ਭਿੰਨ ਨੇ। ਉਹ ਗੱਲ ਹੋਰ ਨੇ, ਗੱਲ ਉਹੀ ਹੈ ਜੀ ਕਿ ਡੀਕੋਡ ਨਹੀਂ ਕਰ ਪਾ ਰਹੇ ਲੋਕ, ਔਰ ਇਹ ਗੱਲ ਇਹਨਾਂ ਨੇ ਪਹਿਲਾਂ ਵੀ ਕਹੀ ਸੀ, ਉਹ ਬੜੀ ਠੀਕ ਸੀ ਕਿ ਰਿਗਵੇਦ ਦੇ ਵਿੱਚ ਯਮ ਯਮੀ ਸੰਵਾਦ ਹੈ, ਭੈਣ ਭਰਾ ਦੀ ਇਨਸੈਸਟ ਦੀ ਗੱਲ ਹੈ ਉੱਥੇ। ਕਦੀ ਕਿਸੇ ਫਿਲਾਸਫਰ ਕੋਲ ਸੁਣਿਆ ਤੁਸੀਂ ਵੀ ਰਿਗਵੇਦ ਸਾਰੇ ਨੂੰ ਕੰਡੈਮ ਕਰਦੇ ਹੋ ਤੁਸੀਂ, ਕਿਉਂਕਿ ਇਹਦੇ ਭੈਣ ਭਰਾ ਦੀ ਇਨਸੈਸਟ ਦੀ ਗੱਲ ਹੈ, ਜਾਂ ਹਿੱਸਾ ਕੱਢ ਦਿਓ ਜਾਂ ਮਤਲਬ ਇਹਨੂੰ ਕੱਢ ਦਿਓ, ਡਿਲੀਟ ਕਰ ਦਿਓ। ਇਨਫੈਕਟ ਉਹ ਗੱਲ ਠੀਕ ਹੈ ਟੋਟੈਲਿਟੀ ਦੇ ਵਿੱਚ ਜਦੋਂ ਤੁਸੀਂ ਸਮਝੋਗੇ ਕਿਸੇ ਗੱਲ ਨੂੰ, ਤੇ ਤਾਂ ਹੀ ਉਹਦਾ ਸਹੀ। ਦੇਖਣਾ ਸਾਡੇ ਕੋਲ ਸਮਾਂ ਘੱਟ ਹੈ ਲੰਬਾ ਜੀ, ਸਾਨੂੰ ਇਸ ਸੈਗਮੈਂਟ ਦੇ ਵਿੱਚ, ਮਾਫ ਕਰਨਾ, ਇਸ ਪ੍ਰੋਗਰਾਮ ਦੇ ਵਿੱਚ ਹੋਰ ਇਸ ਚਰਚਾ ਨੂੰ ਅੱਗੇ ਵਧਾਉਣ ਦਾ ਮੌਕਾ ਨਹੀਂ ਮਿਲਣਾ, ਲੇਕਿਨ ਤੁਸੀਂ ਸੁਣਿਆ ਅਤੇ ਸਮਝਿਆ ਕਿਸ ਤਰੀਕੇ ਨਾਲ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਰੈਲੇਵੈਂਸ ਹੈ ਉਸ ਉੱਤੇ ਗੱਲ ਹੋਈ, ਉਹਦੇ ਵਿੱਚ ਜਿਹੜੇ ਕੰਟੈਂਟਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇੱਕ ਟੋਟੈਲੀਟੇਰੀਅਨ ਤਰੀਕੇ ਨਾਲ ਇੱਕ ਪੂਰੀ ਤਰੀਕੇ ਨਾਲ ਦੇਖਣ ਦੀ ਸਮਝਣ ਦੀ ਜ਼ਰੂਰਤ ਹੈ। ਜੇ ਇਕੱਲੇ ਇਕੱਲੇ ਵੱਖਰੇ ਵੱਖਰੇ ਅੰਸ਼ਾਂ ਨੂੰ ਦੇਖਿਆ ਜਾਏਗਾ ਤਾਂ ਸ਼ਾਇਦ ਉਹਦਾ ਮਤਲਬ ਉਹ ਨਹੀਂ ਹੋਏਗਾ ਜੋ ਕਿ ਇੰਪਲਾਈਡ ਰਹਿੰਦਾ ਹੈ ਇਸ ਕਿਸਮ ਦੀ ਰਚਨਾਵਾਂ ਦੇ ਵਿੱਚ। ਲੇਕਿਨ ਉਮੀਦ ਕਰਾਂਗੇ ਤੁਹਾਨੂੰ ਡਿਸਕਸ਼ਨ ਪਸੰਦ ਆਈ ਹੋਏਗੀ। ਕੁਝ ਕ੍ਰਿਟਿਕਸ ਸਨ ਜੋ ਕਿ ਸ਼ਾਇਦ ਇਸ ਪੈਨਲ ਵਿੱਚ ਕਹਿੰਦੇ ਮੌਜੂਦ ਨਹੀਂ ਹੋ ਪਾਏ, ਉਹ ਸ਼ਾਇਦ ਇਤਫਾਕ ਨਾ ਰੱਖਣ ਇਸ ਡਿਸਕਸ਼ਨ ਤੋਂ, ਲੇਕਿਨ ਬਾਏ ਐਂਡ ਲਾਰਜ ਅਸੀਂ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਅਸੀਂ ਸਮਝਾ ਸਕੀਏ ਦਸਮ ਗ੍ਰੰਥ ਦੇ ਵਿੱਚ ਐਕਚੁਅਲੀ ਹੈ ਕੀ। ਆਪਣੇ ਕੋਈ ਮਹੱਤਵਪੂਰਨ ਵਿਚਾਰ ਹੋਣ ਸਾਨੂੰ ਜ਼ਰੂਰ ਇਸ ਐਡਰੈਸ 'ਤੇ ਲਿਖੋ। ਸਾਡਾ ਪਤਾ ਹੈ ਖਬਰ ਸਾਹ, ਜੀ ਪੰਜਾਬੀ, ਪੋਸਟ ਬੈਗ ਨੰਬਰ 4599, ਹੋਸ ਖਾਸ, ਨਵੀਂ ਦਿੱਲੀ 1001006। ਸਾਡਾ ਵੈਬਸਾਈਟ ਐਡਰੈਸ ਹੈ www.zeepunjabi.com ਤੇ ਇੱਕ ਹੋਰ ਚਰਚਾ ਲੈ ਕੇ ਇਸੇ ਤਰ੍ਹਾਂ ਇਸੇ ਮੰਚ 'ਤੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।